ਸਤਿ ਸ਼੍ਰੀ ਅਕਾਲ, ਫਟਾਫਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਭਾਗਯਸ਼੍ਰੀ ਸਵਾਗਤ ਕਰਦੀ ਹਾਂ। ਸ਼ੁਰੂਆਤ ਕਰਦੇ ਹਾਂ ਫਟਾਫਟ ਨਿਊਜ਼ ਦੀ ਸਭ ਤੋਂ ਪਹਿਲੀ ਤੇ ਅਹਿਮ ਖਬਰ ਦੇ ਨਾਲ। ਰੁਕ ਕਰਦੇ ਹਾਂ ਸਭ ਤੋਂ ਪਹਿਲਾਂ ਮੌਸਮ ਦਾ। ਤਾਂ ਪੰਜਾਬ ਦੇ ਕਈ ਹਿੱਸਿਆਂ 'ਚ ਬੀਤੇ ਦਿਨੀ ਭਾਰੀ ਮੀਂਹ ਪੈਣ ਦੇ ਕਾਰਨ ਠੰਡੀਆਂ ਹਵਾਵਾਂ ਦਾ ਪ੍ਰਭਾਵ ਵੱਧ ਗਿਆ ਹੈ। ਤਾਂ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ 'ਚ ਤੇਜ਼ ਹਵਾਵਾਂ ਦੇ ਨਾਲ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ 'ਚ 30 ਤੋਂ 40 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾ ਚੱਲ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ 6 ਫਰਵਰੀ ਤੱਕ ਤੇਜ਼ ਹਨੇਰੀ ਚੱਲਣ ਅਤੇ ਮੀਂਹ ਦੇ ਨਾਲ ਗੜੇ ਪੈਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਅੱਜ ਵੀ ਮੀਂਹ ਪੈ ਸਕਦਾ ਹੈ। ਤਾਂ ਇਸ ਦੇ ਮੱਦੇਨਜ਼ਰ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਤਾਂ ਉੱਥੇ ਹੀ ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਦੇ ਨਾਲ ਜਿੱਤ ਲਿਆ। ਸੋਮਵਾਰ ਨੂੰ ਇੰਗਲੈਂਡ ਦੀ ਟੀਮ ਦੂਜੀ ਪਾਰੀ ਦੇ ਵਿੱਚ 292 ਦੌੜਾਂ ਹੀ ਬਣਾ ਸਕੀ ਹੈ। ਤਾਂ ਟੀਮ ਨੂੰ 399 ਦੌੜਾਂ ਦਾ ਟੀਚਾ ਮਿਲਿਆ ਸੀਗਾ। ਤੁਹਾਨੂੰ ਦੱਸ ਦੇ ਕਿ ਭਾਰਤ ਦੇ ਵੱਲੋਂ ਰਵੀ ਚੰਦਰਨ, ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ 499 ਟੈਸਟ ਵਿਕਟਾਂ ਪੂਰੀਆਂ ਕੀਤੀਆਂ। ਤਾਂ ਭਾਰਤ ਦੇ ਲਈ ਪਹਿਲੀ ਪਾਰੀ ਦੇ ਵਿੱਚ ਯਸ਼ਸਵੀ ਜਾਇਸਵਾਲ ਦਾ ਦੌਰਾ ਸੈਂਕੜਾ ਦੇ ਵਿੱਚ ਟਰਨਿੰਗ ਪੁਆਇੰਟ ਰਿਹਾ ਹੈ। ਤਾਂ ਉਹਨਾਂ ਨੇ 209 ਦੌੜਨ ਦੀ ਪਾਰੀ ਖੇਡੀ ਅਤੇ ਟੀਮ ਨੂੰ 396 ਦੌੜਾਂ ਦੇ ਪਾਰ ਪਹੁੰਚਾਇਆ ਸੀਗਾ। ਤਾਂ ਇੰਗਲੈਂਡ ਦੀ ਟੀਮ ਦੋਵੇਂ ਪਾਰੀਆਂ ਦੇ ਵਿੱਚ 300 ਦੌੜਾਂ ਦਾ ਅੰਕੜਾ ਨਹੀਂ ਛੂ ਸਕਿਆ। ਤਾਂ ਭਾਰਤ ਦੇ ਵੱਲੋਂ ਸ਼ੁਭਮਨ ਗਿੱਲ ਨੇ ਵੀ ਦੂਜੀ ਪਾਰੀ ਦੇ ਵਿੱਚ ਸੈਂਕੜਾ ਲਗਾਇਆ। ਤਾਂ ਦੂਜੇ ਟੈਸਟ ਦੇ ਵਿੱਚ ਜਿੱਤ ਦੇ ਨਾਲ ਭਾਰਤ ਨੇ 5 ਟੈਸਟ ਮੈਚਾਂ ਦੀ ਸੀਰੀਜ਼ 1-1 ਦੇ ਨਾਲ ਬਰਾਬਰ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਦਾ ਪਹਿਲਾ ਟੈਸਟ ਇੰਗਲੈਂਡ ਨੇ 28 ਦੌੜਾਂ ਦੇ ਨਾਲ ਜਿੱਤਿਆ ਸੀਗਾ। ਉੱਥੇ ਹੀ ਲੋਕ ਸਭਾ 'ਚ ਕੁਝ ਹੀ ਸਮਾਂ ਬਾਕੀ ਰਹਿ ਚੁੱਕਿਆ ਹੈ। ਤਾਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਚੋਣ ਕਮਿਸ਼ਨ ਨੇ ਵੀ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਿਆਸੀ ਪ੍ਰਚਾਰ ਅਤੇ ਰੈਲੀਆਂ 'ਚ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਸਾਰੀਆਂ ਪਾਰਟੀਆਂ ਉਮੀਦਵਾਰਾਂ ਅਤੇ ਚੋਣ ਕਮਿਸ਼ਨ ਕੰਮਾਂ ਦੇ ਵਿੱਚ ਲੱਗੇ ਕੰਮਾਂ ਅਤੇ ਮਸ਼ੀਨਰੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਚੋਣਾਂ ਨਾਲ ਸੰਬੰਧਿਤ ਕੰਮਾਂ ਅਤੇ ਪ੍ਰਚਾਰ ਗਤੀਵਿਧੀਆਂ ਦੇ ਵਿੱਚ ਬੱਚਿਆਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ। ਭਾਰਤ ਨੇ ਇਸ ਸਾਲ ਗ੍ਰੈਮੀ ਅਵਾਰਡਸ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਦੱਸ ਦੇ ਕਿ ਐਤਵਾਰ ਨੂੰ ਲਾਸ ਐਂਜਲਸ 'ਚ 66ਵੇਂ ਗ੍ਰੈਮੀ ਅਵਾਰਡ ਦਾ ਆਯੋਜਨ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਭਾਰਤੀ ਗਾਇਕ ਸ਼ੰਕਰ ਮਹਾਦੇਵਨ ਅਤੇ ਤਲਬਾ ਯਾਦਵ ਜ਼ਾਕਿਨ ਹੁਸੈਨ ਨੂੰ ਗ੍ਰੈਮੀ ਪੁਰਸਕਾਰ ਮਿਲਿਆ ਸੀਗਾ। ਤਾਂ ਦੋਵਾਂ ਮਹਾਨ ਕਲਾਕਾਰਾਂ ਦੇ ਬੈਂਡ ਸ਼ਕਤੀ ਦੀ ਐਲਬਮ ਦਿਸ ਮੋਮੈਂਟ ਨੇ ਸਰਵੋਤਮ ਗਲੋਬਲ ਮਿਊਜ਼ਿਕ ਐਲਬਮ ਦੀ ਸ਼੍ਰੇਣੀ ਦੇ ਵਿੱਚ ਇਹ ਅਵਾਰਡ ਜਿੱਤਿਆ ਸੀਗਾ। ਤਾਂ ਇਸ ਐਲਬਮ ਦੇ ਵਿੱਚ ਕੁੱਲ 8 ਗੀਤ ਸ਼ਾਮਿਲ ਨੇ। ਤਾਂ ਉੱਥੇ ਹਿਮਾਚਲ ਪ੍ਰਦੇਸ਼ ਦੇ ਉਨਾ ਤੋਂ ਅੱਜ ਅਯੋਧਿਆ ਦੇ ਲਈ ਵਿਸ਼ੇਸ਼ ਆਸਥਾ ਟ੍ਰੇਨ ਰਵਾਨਾ ਕੀਤੀ ਗਈ ਹੈ। ਤਾਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਉਹਨਾਂ ਦੇ ਅੰਬ ਅੰਦੋਰਾ ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਹਮੀਰਪੁਰ ਸੰਸਦੀ ਹਲਕੇ ਤੋਂ 1074 ਰਾਮ ਭਗਤ ਅਯੋਧਿਆ ਗਏ ਨੇ। ਤਾਂ ਇਸ ਦੌਰਾਨ ਰੇਲਵੇ ਸਟੇਸ਼ਨ ਉੱਤੇ ਸ਼ਰਧਾ ਵਾਲਾ ਮਾਹੌਲ ਬਣਿਆ ਹੋਇਆ ਸੀਗਾ ਅਤੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਵੀ ਮਿਲਿਆ। ਤੁਹਾਨੂੰ ਦੱਸ ਦਈਏ ਕਿ ਰਾਮ ਭਗਤਾਂ ਦੇ ਲਈ ਰੇਲ ਗੱਡੀ ਦੇ ਵਿੱਚ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀਗਾ ਅਤੇ ਟ੍ਰੇਨ ਨੂੰ ਅੰਬ ਅੰਦੋਰਾ ਰੇਲਵੇ ਤੋਂ ਅਯੋਧਿਆ ਪਹੁੰਚਣ ਦੇ ਲਈ ਲਗਭਗ 19 ਘੰਟੇ ਲੱਗਣਗੇ। ਤਾਂ ਭਲਕੇ ਕਰੀਬ 1 ਵਜੇ ਅਯੋਧਿਆ ਪਹੁੰਚਣਗੇ। ਤਾਂ ਇਸ ਤੋਂ ਬਾਅਦ ਕਰੀਬ 23 ਘੰਟੇ ਲਈ ਦਰਸ਼ਨ ਦੇ ਲਈ ਉਪਲਬਧ ਰਹਿਣਗੇ। ਤਾਂ ਵਾਪਸ ਟ੍ਰੇਨ ਦੇ ਵਿੱਚ ਸ਼ਰਧਾਲੂ ਅਯੋਧਿਆ ਤੋਂ ਵਾਪਸ ਆਉਣਗੇ।
ਦੇ ਵਿੱਚ ਆਪਣਾ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਵਿਦੇਸ਼ੀਆਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਟਰੂਡੋ ਸਰਕਾਰ ਦੇ ਨਵੇਂ ਐਲਾਨ ਨੇ ਇਸ ਦੇ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਨੇ। ਤਾਂ ਐਤਵਾਰ ਨੂੰ ਕੈਨੇਡੀਅਨ ਰਿਹਾਇਸ਼ਾਂ ਦੀ ਵਿਦੇਸ਼ੀ ਮਾਲਕੀ ਦੇ ਉੱਤੇ ਪਾਬੰਦੀਆਂ ਨੂੰ ਵਧਾਇਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਕੈਨੇਡੀਅਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ। ਉੱਥੇ ਜੈਪੁਰ ਦੇ ਵਿੱਚ ਭਾਰਤੀ ਓਲੰਪਿਕ ਸੰਘ ਦੀ ਐਡ ਹੋਕ ਕਮੇਟੀ ਦੇ ਵੱਲੋਂ ਕਰਵਾਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ 55 ਕਿਲੋ ਦੇ ਵਿੱਚ ਸੋਨ ਤਗਮਾ ਜਿੱਤੀ ਹੈ। ਦੱਸ ਦਈਏ ਕਿ ਆਪਣੇ ਤਜਰਬੇਕਾਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਵਿਨੇਸ਼ ਨੇ ਮੱਧ ਪ੍ਰਦੇਸ਼ ਦੀ ਆਪਣੀ ਵਿਰੋਧੀ ਜੋਤੀ ਨੂੰ 4-0 ਦੇ ਨਾਲ ਹਰਾਇਆ ਹੈ। ਤਾਂ ਇਸ ਦੇ ਨਾਲ ਹੀ ਹਰਿਆਣਾ ਨੇ ਜੈਪੁਰ ਦੇ ਵਿੱਚ ਹੋਏ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲੇ ਦੇ ਵਿੱਚ 199 ਅੰਕਾਂ ਦੇ ਨਾਲ ਖਿਤਾਬ ਜਿੱਤਿਆ। ਮੰਗਲ ਅਤੇ ਚੰਦਰਮਾ ਦੇ ਉੱਤੇ ਬਸਤੀ ਬਣਾਉਣ ਦਾ ਸਿਰਫ ਸੁਪਨਾ ਹੀ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਪੂਰਾ ਕਰਨ ਦਾ ਵੀ ਸੋਚ ਰਹੇ ਨੇ। ਦੱਸ ਦਈਏ ਕਿ ਇਸ ਦੀ ਤਿਆਰੀਆਂ ਤੱਕ ਸ਼ੁਰੂ ਹੋ ਚੁੱਕੀਆਂ ਨੇ ਅਤੇ ਅਰਬਾਂ ਦਾ ਖਰਚਾ ਵੀ ਹੋ ਰਿਹਾ। ਤਾਂ ਹੁਣੇ ਜੇ ਨਾਸਾ ਨੇ ਧਰਤੀ ਦੇ ਬਾਹਰ ਦੱਸ ਦਈਏ ਕਿ ਨਿਊਕਲੀਅਰ ਪਾਵਰ ਪਲਾਂਟ ਤੋਂ ਬਿਜਲੀ ਬਣਾਉਣ ਦੀ ਯੋਜਨਾ ਦਾ ਸ਼ੁਰੂਆਤੀ ਪੜਾਅ ਪੂਰਾ ਕੀਤਾ ਹੈ, ਜਿਸ ਬਾਰੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਮੰਗਲ ਅਤੇ ਚੰਦਰਮਾ ਦੀਆਂ ਭਵਿੱਖੀ ਮੁਹਿੰਮਾਂ ਨੂੰ ਊਰਜਾ ਦੇਣ ਦੇ ਲਈ ਵੱਡਾ ਕਦਮ ਹੈ। ਫਟਾਫਟ ਦੀਆਂ ਖਬਰਾਂ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਅਤੇ ਮੈਨੂੰ ਦਿਓ ਇਜਾਜ਼ਤ।